ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਕਰਦੇ ਜੀ ਪਿੰਡ ਡੇਰੀ ਫਾਰਮ ਵਿੱਚ। ਆਪਾਂ ਪਹੁੰਚ ਚੁੱਕੇ ਹਾਂ ਪਿੰਡ ਸੁਧਾਰ, ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਬਾਬਾ ਬਕਾਲਾ। ਇਸ ਘਰ 'ਚ ਪਹਿਲਾਂ ਵੀਡੀਓ ਬਣਦੀ ਰਹਿੰਦੀ, ਅੱਜ ਫੇਰ ਪਹੁੰਚੇ ਹਾਂ। ਤੇ ਵੀਰ, 3 ਵਹਿੜਾਂ ਤੇ 1 ਗਾਂ ਲੈ ਕੇ ਆਇਆ, ਟੌਪ ਦੀਆਂ ਵਹਿੜਾਂ ਤੇ ਗਾਂ ਵੀ ਚੰਗੀ ਆ, ਜਿਨ੍ਹਾਂ ਵਿੱਚੋਂ 3 ਤੋਕੜਾਂ ਤੇ 1 ਤੋਕੜ ਗੱਭਣ, ਮੁੱਲ ਬਿਲਕੁਲ ਜਾਇਜ਼ ਆ। 5 ਕਿਲੋ ਤੋਂ ਲੈ ਕੇ ਤੇ 12 ਕਿਲੋ ਦੁੱਧ ਤਿਆਰ ਆ, 12 ਕਿਲੋ ਤੱਕ ਦੁੱਧ ਤਿਆਰ ਆ। ਤੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ, ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ, ਸੂਏ ਸੁਆਏ ਪਸ਼ੂ ਨੂੰ 2 ਟਾਈਮ ਚੋ ਕੇ ਤੇ ਜਿਹੜਾ ਗੱਭਣ ਪਸ਼ੂ ਹੁੰਦਾ ਉਹਦੇ ਥਣ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ, ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹਿ ਸਕੇ। ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ, ਇਹਨਾਂ ਵਹਿੜਾਂ ਦੀ ਡਿਟੇਲ ਲਵਾਂਗੇ ਜੀ। ਹਾਂਜੀ, ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਆ ਜੀ? ਚੜ੍ਹਦੀ ਕਲਾ ਭਾਈ, ਤੁਸੀਂ ਸੁਣਾਓ? ਠੀਕ ਠਾਕ ਆ ਜੀ। ਕਿੰਨੀਆਂ ਅੱਜ ਸੇਲ ਕਰਨੀਆਂ? ਵੀਰੇ ਆਪਣੇ ਕੋਲ 4 ਆ ਅੱਜ ਗਾਵਾਂ। ਠੀਕ ਆ, 4। ਹਾਂਜੀ, ਤੇ ਕਿੱਦਾਂ ਤੋਕੜਾਂ ਹੀ ਆ? ਵੀਰੇ 1 ਤੋਕੜ ਗੱਭਣ ਆ। ਹਾਂਜੀ, ਤੇ 3 ਤੋਕੜਾਂ ਹੀ। 3 ਤੋਕੜਾਂ? ਤੋਕੜਾਂ ਹੀ ਮੰਨੇ, ਕੋਈ ਗੱਲ ਨੀ। ਤੇ ਮੁੱਲ? ਮੁੱਲ ਵੀਰੇ 12,000 ਤੋਂ ਸ਼ੁਰੂ ਆ ਤੇ ਲਾਸਟ 26,000 ਰੁਪਇਆ। ਠੀਕ ਆ, ਤੀਹ ਤੋਂ ਬਾਹਰ ਨੀ ਜਾਣਾ। ਮੈਂ ਜਾਣਾ ਨਹੀਂ, ਆਪਾਂ ਜਾਣਾ ਹੀ ਨਹੀਂ, ਪੱਕਾ ਹੀ ਜਾਣਾ। ਤੇ ਸਭ ਐਡਰੈਸ ਦੱਸ ਮੇਰਾ ਵੀਰ। ਵੀਰ ਨਾਮ ਮੇਰਾ ਗਿਆਨ ਸਿੰਘ। ਹਾਂਜੀ, ਪਿੰਡ ਸੁਧਾਰ ਰਾਜਪੂਤਾਂ, ਤਹਿਸੀਲ ਬਾਬਾ ਕਲਾਂ, ਜ਼ਿਲ੍ਹਾ ਅੰਮ੍ਰਿਤਸਰ। ਠੀਕ ਆ ਜੀ। ਮੋਬਾਈਲ ਨੰਬਰ 9872684। ਠੀਕ ਆ ਜੀ। ਹਾਂਜੀ, ਸਹੀ ਆ। ਤੇ ਟੋਕੜ ਕੱਪੜ ਦਿਖਾਈਏ ਪਹਿਲਾਂ ਸਭ। ਹਾਂਜੀ ਹਾਂਜੀ ਹਾਂਜੀ, ਆ ਸਾਹਮਣੇ ਟੋਕੜ ਕੱਪੜ। ਦੁੱਧ ਕਿੰਨਾ ਵੀਰ ਇਹਦੇ ਕੋਲ? ਵੀਰੇ ਜਿਹੜਾ ਦੁੱਧ ਹੁਣ ਆਪਾਂ ਚੋ ਲੈਣਾ, 6 ਲੀਟਰ ਹਲੇ ਦੇ। ਅੱਛਾ ਜੀ। ਆਪਣੇ ਕੋਲ ਕੱਲ ਆਈ ਆ, ਸੇਵਾ ਕੀਤਿਆਂ ਦੁੱਧ ਵਧੂਗੀ। 3 ਮਹੀਨੇ ਚੈੱਕ ਪਾਸ ਆ, 4ਵਾਂ ਮਹੀਨਾ ਜਾਣ ਲੈਣ। ਠੀਕ ਆ, 6 ਲੀਟਰ ਦੁੱਧ ਤਿਆਰ। 6 ਲੀਟਰ ਤਿਆਰ। ਤੇ ਗੱਭਣ ਕਿੰਨੇ ਚਿਰ ਦੀ? 3 ਮਹੀਨੇ ਚੈੱਕ ਪਾਸ ਆ। ਹਾਂਜੀ, 4ਵਾਂ ਮਹੀਨਾ ਜਾਣ ਲਿਆ ਉਹਦਾ। ਚੌਥਾ ਮਹੀਨਾ? ਹਾਂ, 3 ਨਾਲ ਪਲੱਸ ਹੋ ਗਈ, 4-5 ਦਿਨ ਉੱਤੇ ਹੋ ਗਈ। ਤੁਸੀਂ ਆਪ ਚੈੱਕ ਕਰਾਈ ਆ? ਆਪਾਂ ਕਰਾਈ ਭਾਜੀ ਇੱਕ। ਠੀਕ, ਬਾਕੀ ਜਿਹੜਾ ਕੋਈ ਵੀਰ ਆਊ ਉਹਨੂੰ ਆਪਾਂ ਚੈੱਕ ਕਰਾ ਕੇ ਫਿਰ ਤੋਰਾਂਗੇ, ਜੇ ਨਾ ਅਗਲੇ ਦੇ ਘਰ ਜਾ ਕੇ 1 ਦਿਨ ਚ ਚੈੱਕ ਕਰਾ ਕੇ ਫੋਨ ਕਰੇ। ਸੱਜਰ ਨੇ ਕਿੰਨਾ ਕੁ ਦੁੱਧ ਚੁਆਇਆ? ਸੱਜਰ ਨੇ ਵੀਰ ਘਰ ਆਏ ਤੇ ਕਹਿੰਦੇ ਸੀਗੇ ਵੀ 13-14 ਲੀਟਰ ਚੁਆਇਆ ਪਹਿਲਾਂ ਨੇ। ਠੀਕ ਆ। ਹਾਂਜੀ, ਹੁਣ ਦੂਜੇ ਸੂਏ? ਹੁਣ ਦੂਜੇ ਸੂਏ ਵਾਸਤੇ ਗੱਭਣੇ ਗਾੜੇ ਤੋਰ ਵੀਰ ਤੋਕੜ ਗੱਭਣਾ 3 ਮਹੀਨੇ ਪੂਰੇ ਹੋ ਗਏ ਆ, 6 ਕਿਲੋ ਦੁੱਧ ਇਸ ਟਾਈਮ ਤੇ ਤਿਆਰ ਆ, 4ਵਾਂ ਮਹੀਨਾ ਲੱਗ ਗਿਆ। ਕਦ ਕਦ ਤੁਸੀਂ ਦੇ ਸਕਦੇ ਆ? ਦੂਜੀਆਂ ਨਾਲੋਂ ਬਹੁਤ ਛੋਟਾ ਜਿਹਾ ਜ਼ਿਆਦਾ ਵੱਡਾ ਨਹੀਂਗਾ। ਖਾਣ ਤੁਹਾਨੂੰ ਬੜਾ ਸੋਹਣਾ ਲੱਗਾ ਜੀ। ਬਾਕੀ ਬਹੁਤ ਬਹੁਤ ਚੰਗੀ ਵਹਿੜ ਆ ਵੀਰ, ਠੰਡੀ ਸੀਲ ਆ, ਥਾਂ ਥੋੜੇ ਬਹੁਤ ਸੋਹਣੇ ਲੱਗੇ ਆ। ਚਵਾਈ ਕਿੱਦਾਂ ਰੱਸੀ ਪਾ ਕਰਦੇ ਵੀਰ? ਆਪਣੀ ਮਰਜ਼ੀ ਆ, ਰੱਸੀ ਪਾਉਣੀ ਪਾ ਲਓ, ਜੇ ਨਹੀਂ ਪਾਉਣੀ ਤਾਂ ਵੀ ਕੋਈ ਗੱਲ ਨਹੀਂ। ਹਾਂਜੀ ਹਾਂਜੀ, ਇਹ ਵੀਰ ਜੀ ਮੁੱਲ ਬਿਲਕੁਲ ਜਾਇਜ਼ ਆ ਇਹਦਾ, ਦੇਣ ਲੈਣ ਹੀ ਦਾ ਕਰਨਾ ਮੁੱਲ 22,000 ਰੁਪਇਆ ਦਾ। ਚੱਲ ਛੋੜੋ, ਚ 500 ਰੁਪਏ ਬਸ ਹੋਊਗੀ, ਤੋਂ ਵੱਧ ਨੀ। ਠੀਕ ਆ। ਕੀਤੇ ਸਾਹਮਣੇ ਜੇ ਜ਼ਿਆਦਾ ਤੁਸੀਂ ਦੱਸ ਦੋਗੇ ਗੱਲ ਨੀ।
ਬਿਲਕੁਲ ਨਾਰਮਲ ਰੇਟ ਕੀਤਾ ਆਪਾਂ, ਕੋਈ 27-28-25 ਨੀ ਕਹਿਤਾ। ਆਪਾਂ ਜਿਹੜੀ ਦੇਣ ਲੈਣਾ ਸੀ 22,500 ਛੋੜ ਕਰਾਂਗੇ ਵੀਰ ਜੀ। ਜੇ ਕੋਈ ਦੂਰੋਂ ਨੇੜੇ ਜ਼ਿਆਦਾ ਆਊਗਾ ਫਿਰ ਥੋੜਾ ਬਹੁਤਾ ਹੋ ਸਕਦਾ ਮੇਰੇ ਵੀਰ ਕਿਸੇ ਦਾ। ਹਾਂ ਚਲੋ ਕੋਈ ਗੱਲ ਨੀ, ਇਹ ਵੀਰੇ ਪਹਿਲਣ ਵਹਿੜ ਆ, ਪਹਿਲਣ ਵਹਿੜ ਆ। ਤੇ ਗੱਲ ਏਦਾਂ ਵੀ ਹੁਣ ਦੁੱਧ ਕੋਈ 6 ਕਿਲੋ ਆ, ਇਹਨੇ ਸੁੱਟਤਾ 7.5 ਮਹੀਨੇ ਦਾ ਬੱਚ। ਹਾਂ ਇਹਨੇ ਮਾਰਿਆ ਮੱਝ ਨੇ ਤੇ ਇਹਨੇ ਸੁੱਟਤਾ ਬੱਚ। ਹੁਣ ਮਤਲਬ ਵੀ ਦੁੱਧ 6 ਲੀਟਰ ਤਿਆਰ ਆ, ਗਾਂਹ ਜਿਉਂ ਜਿਉਂ ਦਾ ਟਾਈਮ ਪੂਰਾ ਹੁੰਦਾ ਗਿਆ ਦੁੱਧ ਤੇ ਇਹਨੇ ਆ ਜਾਣਾ ਵਾ। ਹੈ ਵੈੜ ਚੰਗੀ ਆ, ਸੀਲ ਸਲਾਗਿਆ, ਕੋਈ ਇਹਨੂੰ ਪਰਵਾਹ ਨੀ ਆ। ਵੀ ਜਿਹੜਾ ਚੱਡਾ ਦਾ ਵੀ ਮਤਲਬ ਨਿੱਗਰ ਚੱਡੇ ਦੀ ਆ ਥਾਂ ਥੂਣ, ਬਾਕੀ ਬਹੁਤ ਸੋਹਣਾ ਵੇਖੋ। ਹਾਂ ਮੁੱਠੀ ਚਵਾਈ ਦਾ ਥਾਣ ਆ, ਕੋਈ ਇਹਨੂੰ ਪਰਵਾਹ ਨੀ। ਵੈੜ ਪਹਿਲਣ ਵੈੜ ਆ, ਦੁੱਧ 6 ਲੀਟਰ ਆ, ਮੂੰਹੋਂ 2 ਦੰਦ ਦੇ ਆ। ਹਾਂ ਬਾਕੀ ਦੰਦ ਵੀ ਤੁਹਾਨੂੰ ਵਿਖਾ ਦਿੰਦੇ ਆ, ਜੇ ਬਾਕੀ ਕੋਈ ਇੱਥੇ ਵੀਰ ਆਊ ਆਣ ਕੇ ਚੈੱਕ ਕਰਕੇ ਖੜੇ। ਹਾਂ ਨੀ ਫੇਸ ਤੇ ਵੇਖ ਇੱਧਰ, ਨਿਗਾਹ ਆ ਮੂੰਹ ਆ, ਬੜੇ ਲਾਡਾਂ ਨਾਲ ਵੀਰ ਮੇਰੇ ਕਿਸੇ ਨੇ ਪਾਲੀ ਸੀ ਭਰ ਰਿਹਾ। ਚਲੋ ਹਾਂਜੀ 6 ਕਿਲੋ ਤਿਆਰ ਆ। ਤੁਹਾਨੂੰ ਪਤਾ ਵਾ ਕਿੱਡਾ ਦਾ ਕਾਜ, 2 ਦੰਦ ਵੀ ਹੋਣ ਡਈ ਆ, ਕੋਈ ਤਗੜੀ ਵਹਿੜ ਆ ਬਿਲਕੁਲ। ਹਾਂ ਬਾਕੀ ਕੋਈ ਹਾਂ ਹਾਂ ਬੋਲ ਪੈਣਾ, ਛੇਤੀ ਬੋਲ ਪੈਣਾ, ਇਹਨੇ ਹਿਸਾਬ ਲਾ ਵੀ ਕੋਈ ਗਰਮ ਗਰਮ ਕੋਈ ਚੀਜ਼ ਦਾ ਉਹਦੇ ਨੇ ਬੋਲ ਪੈਣਾ, ਕਿਹੜੀ ਗੱਲ ਆ। ਤੇ ਗਾਂ ਫਿਰ ਤਗੜੀ ਵੈੜ ਆ, ਗਾਂ ਜ਼ਿਆਦਾ ਨਹੀਂ ਆ, ਵੀ 60-70 ਹਜ਼ਾਰ ਦੀ ਵੈੜ ਗਾਂ ਹੈਗੀ ਆ। ਤੇ ਬਾਕੀ ਦੁੱਧ ਇਹਨੇ ਸਾਰਾ ਸਿਆਲ ਹੀ ਦੇ ਜਾਣਾ ਇਹਨੇ ਵੀਰੇ। ਹਾਂ ਬਿਲਕੁਲ ਬਿਲਕੁਲ, ਬਾਕੀ ਵੀਰੇ ਵੈਣ ਨੇ ਬਣਨਾ ਸੀ। ਚਲੋ ਬਾਜ ਲੱਗਣ ਵਾਲੀ ਗੱਲ ਲੱਗ ਗਈ ਆ, ਜੇ ਨਾ ਲੱਗਦੀ ਚਲੋ ਵੈਣ ਨੇ ਖਾ ਪੀ ਕੇ ਬਣਨਾ, ਤਗੜੀ ਬਣਨਾ ਹੈਗਾ, ਥੱਲੇ ਖੁੱਲਣਾ ਪੂਰਾ ਇਹਨੇ। ਨਾ 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 ਮੇਰੇ ਵੀਰ, ਕੋਈ ਇੱਕ ਧਾਰ ਦਾ ਫਰਕ ਨਾ ਹੋਵੇ ਵਿੱਚ। ਹਾਂ ਜੇ ਜੇ ਗਾਂ ਚ ਹੋਊਗੀ ਆਪਾਂ ਦੱਸਾਂਗੇ ਪਹਿਲਾਂ ਵੀ ਆਹ ਨੁਕਸ ਹੈਗਾ ਵਾ। ਹਾਂ ਮੁੱਲ ਵੀਰੇ ਦੇ ਦੇਣ ਲੈਣਾ 15,000 ਰੁਪਇਆ, ਉਹੀ 500 ਰੁਪਇਆ। ਹਾਂ ਵੀਰੇ ਇਹ ਤੇ ਫਿਰ ਦੁੱਧ ਦੇਣ ਡਈ ਆ, ਇਹਦੇ ਨਾਲ ਮੱਛੀਆਂ 10-12 ਹਜ਼ਾਰ ਦੀਆਂ ਆਉਂਦੀਆਂ, ਸ਼ਿੰਗਾਰ ਆ। ਹਾਂ ਬਿਲਕੁਲ ਬਿਲਕੁਲ, ਹਾਂ ਟੋਪ ਦੀ ਮੱਛੀ ਆ ਮੇਰਾ ਵੀਰ। ਹਾਂ ਹਾਂ ਚੰਗੀ ਵਧੀਆ ਉਹਦੇ 14,000-14,500 ਹਾਂ ਜਰਸੀ ਜਾ ਜਾਂਦੀ ਆ ਇਹ ਨਾ ਪੁੱਛੋ, ਇਸ ਟਾਈਮ ਜਿਹੜਾ ਤਿਆਰ 12 ਲੀਟਰ ਹੈ। ਹਾਂਜੀ 12 ਲੀਟਰ ਤਿਆਰ ਤਿਆਰ ਕਿੱਦਾਂ ਮੈਂ ਨਾ ਵੇਖ ਆ ਰੱਸੀ ਪਾਉਣੀ ਪਾ ਲੋ, ਜੇ ਨਹੀਂ ਪਾਉਣੀ ਤਾਂ ਵੀ ਕੋਈ ਗੱਲ ਨੀ, ਠੰਡੀ ਸ਼ਾਂਤ ਸੁਭਾਅ ਦੀ ਆ। ਹਾਂ ਬਾਕੀ ਰੰਗ ਕਾਲੇ ਬੜੇ ਹੁੰਦੇ, ਕਾਲਾ ਰੰਗ ਵੀ ਲਿਸ਼ਕਦਾ ਕਿੱਦਾਂ ਵੇਖਦਾ।
ਹਾਂ ਬਾਕੀ ਮੁੱਲ ਵੀ ਆਪਾਂ ਜਾਇਜ਼ ਕਰਨਾ, ਕੋਈ ਇਹਦਾ ਜ਼ਿਆਦਾ ਮੁੱਲ ਨਹੀਂ ਕਰਨਾ। ਠੀਕ ਹੈ 12 ਕਿਲੋ ਦੁੱਧ ਤਿਆਰ ਕਰਨਾ। ਹਾਂ ਬਸ ਆ ਮਾੜੀ ਪੂਛ ਤੋਂ ਭਿੰਡਰ ਸਾਹਿਬ ਮਾੜਾ ਬਾਜਿਆ ਲੱਗਾ ਵਾ, ਜਿਹੜੀ ਗਾਂ ਇਹ 40,000 ਰੁਪਏ ਦੀ ਗਾਂ ਵਾ। ਇਹ ਤੁਹਾਨੂੰ ਪਤਾ ਤੁਸੀਂ ਰੋਜ਼ ਦੀ ਵੀਡੀਓ ਬਣਾ ਲਈ ਜੋ, ਬਾਕੀ ਪੂਛ ਦਾ ਕੋਈ ਵੱਡਾ ਮਸਲਾ ਨਹੀਂ ਗਾ, ਗਰਮੀ ਆ ਮੱਛਰ ਮੁੱਛਰ ਆ, ਨਾਲੇ ਇਹ ਗੱਲ ਦਾ ਬਚਾਅ ਹੈਗਾ, ਮੂੰਹ ਤੇ ਨਹੀਂ ਵੱਜਦੀ। ਸੂਈ ਨੂੰ ਤਕਰੀਬਨ ਜਿਹੜਾ ਕਿਹਨੇ ਮੰਨਣਾ, ਚਲੋ ਹੁੰਦਾ ਨੀ ਗਾ ਕਿਉਂਕਿ ਬੱਚਾ ਮਗਰ ਹੈ ਨੀ ਗਾ, ਕਿਹਨੇ ਦੇਖੋ ਕਹਿਣਾ ਕਿ 6 ਮਹੀਨੇ ਹੋ ਗਏ, ਸਾਲ ਹੋ ਗਿਆ, ਬਾਕੀ 12 ਲੀਟਰ ਦੁੱਧ ਦੇਣ ਡਈ ਆ, ਦੁੱਧੋਂ ਵਧੂਗੀ ਘਟੂਗੀ ਨੀ। ਸੂਈ ਨੂੰ 1.5 ਤੋਂ 2 ਮਹੀਨੇ ਵੀਰੇ ਹੋ ਗਏ। ਹਾਂ ਜਿਹੜੀ ਅਸਲ ਸੱਚਾਈ ਜਿਹੜੀ, ਐ ਆਪਾਂ ਇਹ ਨੀ ਕਹਿਣਾ 15 ਦਿਨ ਹੋ ਗਏ 20 ਦਿਨ ਹੋ ਗਏ ਆ, 1.5 ਤੋਂ 2 ਮਹੀਨੇ ਸੂਈ ਨੂੰ ਹੋ ਗਿਆ, ਤੇ ਦੁੱਧ 12 ਲੀਟਰ ਮੇਰੇ ਘਰੋਂ ਕੋਈ ਜੋਰ ਕਿਹੜਾ ਜੀ। ਠੀਕ ਆ, ਆਪਾਂ ਹੁਣ 12 ਲੀਟਰ ਦੇਣਾ, ਕੋਈ ਸਮਝ ਲੈ। ਆਪਾਂ ਪੁੱਛਣ ਦਾ ਕਾਰਨ ਇਹ ਸੀ ਕਿ ਕੋਈ ਟੀਕਾ ਤਾਂ ਨਹੀਂ ਲੱਗਾ ਇਹਨੂੰ? ਨਹੀਂ ਟੀਕਾ ਨਹੀਂ, ਕਹਿੰਦੇ ਨਹੀਂ ਲੱਗਾ। ਜਿਹੜੀ ਮੁੱਕਦੀ ਗੱਲ, ਤੇ ਆਪਾਂ ਬਾਕੀ ਪਤਾ ਕੋਈ ਨੀ, ਘਰਦੇ ਲੋਕੀ ਸਾਡੇ ਨਾਲ ਵੱਧ ਲੋਕੀ ਘਰਾਂ ਵਾਲੇ ਝੂਠ ਬੋਲਦੇ ਆ। ਸਚਿਆਈ ਆ ਜਿਹੜੀ ਗੱਲ ਆ, ਚਲੋ ਵਪਾਰੀ ਝੂਠ ਬੋਲਦਾ, ਇਹ ਨੀ ਕਹਿੰਦਾ ਵਪਾਰੀ ਦੁੱਧ ਧੋਤੇ ਆ, ਬੋਲਦੇ ਪਰ ਉਸ ਹਿਸਾਬ ਨਾਲ ਬੋਲਦੇ, ਘਰਾਂ ਵਾਲੇ ਉਹਨਾਂ ਤੋਂ ਵੱਧ ਗਏ। ਬਾਕੀ ਮੇਰੇ ਘਰੋਂ ਚੋਗੇ ਖੜੋ, ਕੋਈ ਗਾ 2 ਟਾਈਮ 4 ਟਾਈਮ ਚੋਗੇ ਖੜੋ। ਹਾਂ ਦੁੱਧ 12 ਲੀਟਰ ਥੱਲੇ ਪੂਰਾ ਹੈਗਾ। ਮੁੱਲ ਵੀਰੇ ਦੇਣ ਲੈਣਾ ਵਾ ਨਾ ਜਿਹੜਾ 26,000 ਰੁਪਇਆ, ਮਾਣ ਤਾਂ 500 ਰੁਪਇਆ ਛੋਟ ਕਰ ਦਾਂਗੇ, 25,000 ਦੀ। ਬਾਕੀ ਵਹਿੜ ਆ, ਕੋਈ ਇਹ ਨੀ ਵੀ ਕੋਈ ਪਹਿਲੇ ਮਾਥੇ ਮਿਥਲੇ, ਕੋਈ ਦੂਜੇ ਮਿਥਲੇ ਨੂੰ ਪੂਰੀ। ਹਾਂ ਵੀਰੋ 100% ਵਧੂਗੀ, ਮੌਸਮ ਤੇ ਡਿਪੈਂਡ ਆ ਨਾ, ਹੁਣ ਤੁਹਾਨੂੰ ਪਤਾ ਮੱਛਰ ਕਿੰਨਾ ਵਾ, ਤੇ ਦੂਜੀ ਗੱਲ ਇਹ ਵਿਚਾਰੀ ਕੋਈ ਸੰਦ ਵੀ ਹੈ ਨੀ ਗਾ ਲਾਉਣ ਵਾਲਾ, ਜਦ ਪੁੱਛਣਾ ਡਾ ਵੀ ਲਿਆ ਮਾੜਾ ਮੋਟਾ। ਆਪਾਂ ਪਤਾ ਪੱਖੇ ਥੱਲੇ ਵਧੀਆ ਮੱਛਰ ਨੀ ਲੜਦਾ, ਖੱਟੇ ਬਲਬ ਲਾਏ ਲੱਗ ਗਏ ਮੱਛਰ ਆਉਂਦਾ ਹੀ ਨੀ ਗਾ, ਨਹੀਂ ਆਉਂਦਾ। ਹਾਂ ਘੱਟੋ ਘੱਟ 70-80% ਫਰਕ ਪੈ ਜਾਂਦਾ। ਆ ਵੀਰੇ ਗਾਂ ਵਾ 300 ਸੂਈ। ਹਾਂ ਦੁੱਧ ਵੀ ਜਿਹੜਾ ਇਸ ਟਾਈਮ ਲੀਟਰ ਮਾਰ ਕੇ ਮਿਲਣਾ, ਦੁੱਧ ਹੋਊਗਾ 5 ਤੋਂ ਬਾਅਦ 6 ਤੋਂ ਅੰਦਰ। ਸੂਈ ਨੂੰ ਵੀਰੇ ਟਾਈਮ ਤੇ ਵਾਹਵਾ ਹੋ ਗਿਆ, ਇਹਨੂੰ ਆਪਣੇ ਕੋਲ 2 ਮਹੀਨੇ ਹੋ ਗਏ ਆ, ਘਰੇ ਬੱਜੀ ਹੈਗੀ। ਹਾਂ ਘਰੇ ਚੋਣ ਡਿਆ ਆਪਾਂ ਇਹਨੂੰ ਦੁੱਧ ਪੀਣ ਡਿਆ, ਤੇ ਇਸ ਟਾਈਮ ਜਿਹੜਾ ਵੀ ਦੁੱਧ ਕੋਲ 5 ਤੋਂ ਬਾਅਦ 6 ਤੋਂ ਅੰਦਰ ਹੋਊਗਾ। 13 ਤਰੀਕ ਨੂੰ ਟੀਕਾ ਆਪਣੇ ਕੋਲ ਭਰਾਇਆ, ਆਪਾਂ ਭਰਾਏ 2 ਟੀਕੇ ਭਰੇ ਇਹਨੂੰ, 13 ਤਰੀਕ ਨੂੰ 1 ਮਹੀਨਾ ਆਉਣਾ ਵਾ, 1 ਮਹੀਨਾ ਪੂਰਾ ਹੋ ਜਾਣਾ। ਹਾਂ ਥਾਂ ਤੇ ਭਾਜੀ ਬਹੁਤ, ਬਾਕੀ ਸੀਲ ਠੰਡੀ ਬੜੀ ਹੈ। ਠੀਕ ਆ, ਹਾਂ ਕੋਈ ਨਿਆਣਾ ਚੋਰੇ ਕੋਈ ਸਿਆਣਾ ਚੋਰੇ, ਗਾਈਆਂ ਸਾਰੀਆਂ ਸੀਲ ਠੰਡੀਆਂ ਆਪਣੀਆਂ। ਠੀਕ ਹਾਂ, ਟੀਕਾ ਵੀ ਲੱਗਾ। ਹਾਂ ਟੀਕਾ ਲੱਗਾ ਆਪਾਂ, ਉਹ ਆਪਾਂ ਇਹ ਨਹੀਂ ਕਹਿਣਾ ਵੀ ਘਰ ਵਾਲੇ ਕਹਿੰਦੇ ਹੈਗੇ, ਆਪਾਂ ਖੁਦ ਲਵਾਇਆ ਹੋਇਆ। ਅੱਛਾ, ਹੈਨੂੰ ਤੋਰ 13 ਤਰੀਕ ਨੂੰ ਨਾ ਹੋ ਜਾਣੇ ਆ, 1 ਮਹੀਨਾ ਆਣਾ। ਹਾਂ 13, ਹਾਂ 7 ਆ। ਠੀਕ, ਬਾਕੀ ਅਗਲੇ ਦੀ ਕਿਸਮਤ ਖਾਲੀ ਕਰਕੇ, ਹਾਂ ਖਾਲੀ ਕਰਕੇ ਦੇਣ। ਬਿਲਕੁਲ 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 ਨਹੀਂ ਦੱਸਣਾ, ਆਪਣਾ ਫਰਜ਼ ਆ, ਪਏ ਨਹੀਂ ਕਹਿਣਾ ਵੀ ਇਹਨੂੰ ਮਹੀਨਾ ਹੋ ਗਿਆ, ਜਿਹੜੇ ਮਹੀਨਾ ਹੋ ਗਿਆ, ਜਿਹੜਾ ਆਪਣੇ ਕੋਲ ਜਿਹੜੀ ਖੁਦ ਮੈਂ 2 ਟੀਕੇ ਲਵਾਇਆ 12-13 ਤਰੀਕ ਦਾ ਲੱਗਾ। ਠੀਕ ਹੈ, ਹਾਂਜੀ ਬਾਕੀ ਤੀਸਰੇ ਸੂਏ ਆ, ਕੋਈ ਮੇਰਾ ਵੀਰ ਇਹਨੂੰ ਬਹੁਤੀ ਉਮਰ ਦਾ ਸਮਝੇ, ਦੰਦ ਸਾਰੇ ਐ ਜਿੱਦਾਂ ਘੁਬਾਰੇ ਵਰਗੇ ਹੁੰਦੇ ਆ। ਹਾਂ
ਚੌਥੇ ਸੋਏ ਸੂਰ ਦੀ ਜਗ੍ਹਾ ਨਿਕਲਾ। ਵੀਰੇ ਜਿੱਦਾਂ ਦੀ ਯਾਦ ਪਾ ਤਾ ਮੈਂ ਘੱਟੋ ਘੱਟ ਵੀਹ ਤੋਂ ਬਾਅਦ ਚਵਾਏ ਹੋਏ ਨੇ। ਇਹਦਾ ਮੁੱਲ ਮੁੱਲ ਵੀਰੇ ਦੇਣ ਲੈਣਾ ਜੀ ਆਪਾਂ ਕਰਨਾ ਜਿਹੜਾ 11,000 ਰੁਪਏ ਉਹੀ 500 ਰੁਪਏ ਛੋੜ ਕਰਾਂਗੇ ਸਾਢੇ 10,000 ਆਪਾਂ ਕੋਈ 15 ਕੋਈ 16 ਨੀ ਮੰਗਿਆ ਇਹਦਾ ਪਿੰਡਰ ਸਾਹਿਬ। ਦੁੱਧ ਚ ਕੋਈ ਫਰਕ ਹੋਵੇ ਆਪਣੇ ਘਰ ਆ ਕੇ ਚਵਾਈ ਕਰੇ ਫੇਰ ਕਵੇ ਕੋਈ। ਜਿੰਨਾ ਆਪਾਂ ਦੁੱਧ ਕਿਹਾ ਕੋਈ ਇੱਕ ਲੋਕੀ ਤੇ ਕਹਿੰਦੇ ਕਿਲੋਮੀਟਰ ਕਿਲੋ ਪਾਈ ਉਹਨੇ ਘੱਟ ਹੋਊਗਾ। ਹਾਂ ਕਰਨੀ ਕੋਈ ਗੱਲਬਾਤ ਹੋਰ ਜੀ? ਗੱਲਬਾਤ ਮੇਰਾ ਵੀ ਕੋਈ ਆਵੇ ਤਸੱਲੀ ਆਪਣੀ ਕਰਕੇ ਖੜੇ ਇੱਥੋਂ ਮੇਰੇ ਘਰੋਂ ਜੀ। ਹਾਂ ਤੇ ਜਿਹੜੀ ਟੋਕੜ ਗੱਭਣ ਆ ਜਾਂ ਤੇ ਮੇਰੇ ਘਰ ਚੈੱਕ ਕਰਾ ਲਈ ਇੱਥੇ, ਜੇ ਨਹੀਂ ਖੜ ਕੇ ਤੇ ਉਸੇ ਵੇਲੇ ਉਸੇ ਦਿਨ ਚੈੱਕ ਕਰਾ ਕੇ ਤੇ ਮੈਨੂੰ ਫੋਨ ਕਰ ਦੇ। ਠੀਕ ਹੈ ਜੀ। ਹਾਂ ਜੇ ਮੁੱਕ ਦੀ ਗੱਲ ਵੀ ਨਹੀਂ ਮੇਰੇ ਘਰੇ ਚੈੱਕ ਕਰਾ ਲਓ। ਠੀਕ ਹੈ ਜੀ। ਹਾਂ ਸਹੀ ਹੈ। ਤੇ ਆਹੀ 3-4 ਆ ਜੀ ਗਾਵਾਂ। ਹਾਂ ਜੀ ਆ ਗਏ ਸੁਈਆਂ ਸੁਈਆਂ ਹੈਗੀਆਂ ਵਾ ਆਪਣੀ ਚਵਾਈ ਕਰਕੇ ਚੈੱਕ ਪਾ।